ਰਾਹੁਲ ਗਾਂਧੀ ਹੁਣ ਪੂਰਾ ਭੱਜਿਆ ਹੋਇਆ, ਉਹਨੂੰ ਪਤਾ ਵੀ ਉਹਦੀ ਪੋਜੀਸ਼ਨ ਬਹੁਤ ਮਾੜੀ ਹੈ। ਅੱਜ ਉਹਨੂੰ ਆਪਣੀ ਸੀਟ 'ਤੇ ਵਿਸ਼ਵਾਸ ਨਹੀਂ ਹੈ, ਆਪਣੀ ਸਰਕਾਰ ਦੀ ਬਹੁਤ ਵੱਡੀ ਗੱਲ ਹੈ, ਅਤੇ ਉਹਨੂੰ ਆਪਣੀ ਸੀਟ 'ਤੇ ਵਿਸ਼ਵਾਸ ਨਹੀਂ ਕਿ ਮੈਂ ਜਿੱਤੂਗਾ ਜਾਂ ਨਾ ਜਿੱਤੂਗਾ। ਇਰਾਨੀ ਸਿਮਰਤੀ ਨੇ 5 ਸਾਲ ਕੰਮ ਕੀਤਾ ਉੱਥੇ ਪਿਛਲੀ ਵਾਰ ਹਾਰ ਕੇ, ਇਹ ਸਾਹਿਬ ਕਦੇ ਗਏ ਨਹੀਂ ਉੱਥੇ। ਸੋ ਬਹੁਤ ਬੜਾ ਫਰਕ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ, ਉਹ ਦਿਨ ਰਾਤ ਕੰਮ ਕਰਦੇ ਨੇ, ਜਿੱਤ ਜਾਣ ਤਾਂ ਵੀ ਕੰਮ ਕਰਦੇ ਨੇ, ਹਾਰ ਜਾਣ ਤਾਂ ਵੀ ਕੰਮ ਕਰਦੇ ਨੇ। ਕਾਂਗਰਸ ਦਾ ਆ ਗਏ ਅਤੇ ਅਧੇਰੇ ਸਰਕਾਰ ਬਣੀ ਹੈ, 78 MLA ਨੇ ਉਹਨਾਂ ਕੋਲ, ਮੈਨੂੰ ਦੱਸ ਦਿਓ ਕਦੇ ਲੋਕਾਂ ਜਾਂਦੇ ਹੁਣ, ਸਿਵਾਏ ਆਪਸੀ ਲੜਾਈ ਤੋਂ ਹੋਰ ਕੋਈ ਤੀਆ ਕੰਮ ਹੈ? ਅਸੀਂ ਕਦੋਂ ਰੋਕਿਆ? ਅਸੀਂ 2 ਸਾਲ ਦੇ ਕਹਿ ਰਹੇ ਹਾਂ ਵੀ ਜੇ ਦਾਵੇਂ ਬਾਦਲ ਸਾਹਿਬ ਦਾ ਸਟੇਟਮੈਂਟ ਆਈ ਸੀ ਨਾ ਕਿ ਮੈਂ ਚੰਡੀਗੜ੍ਹ ਆਇਆ ਹੋਇਆ, ਆ ਕੇ ਫੜਨਾ ਮੈਨੂੰ ਫੜ ਲਓ, ਇੰਨਾ ਦਮ ਨਹੀਂ ਹੈ ਇਹਨਾਂ ਦੇ ਵਿੱਚ, ਜੇ ਜਿੱਦੇ ਇੰਨਾ ਦਮ ਹੋ ਗਿਆ ਨਾ ਫਿਰ ਅਸੀਂ ਮੰਨ ਲਾਂਗੇ ਇਹਨਾਂ ਨੂੰ, ਇਹ ਆਪਣੀ ਤਿਆਰੀ ਕਰਨ ਹੁਣ। ਔਰ ਤੁਸੀਂ ਦੇਖ ਰਹੇ ਹੋ ਕਿ 90 ਨਿਵਾਸੀਆਂ ਨੂੰ ਕਿੰਨਾ ਚਾਅ ਹੈ, ਮੇਰਾ ਖਿਆਲ ਹੈ ਵੀ 1000 ਬੰਦਾ ਇਕੱਠਾ ਹੋਇਆ, ਔਰ ਕਿੰਨੀ ਖੁਸ਼ੋ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ। ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਲੋਕ ਚੰਗੇ ਬੰਦੇ ਨੂੰ ਅੱਗੇ ਆਉਣ ਦੇ ਵਿੱਚ ਕਿੰਨੀ ਖੁਸ਼ੀ ਮਹਿਸੂਸ ਕਰਦੇ ਹਨ। ਸੋ ਜੇ ਆਪਾਂ ਚੰਗੇ ਬੰਦੇ ਨੂੰ ਅੱਗੇ ਲਾਵਾਂਗੇ ਤਾਂ ਪਾਰਟੀਆਂ ਵੀ ਚੰਗੀਆਂ ਹੋਣਗੀਆਂ, ਵਧੀਆ ਹੋਣਗੀਆਂ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗੇ, ਅੱਜ ਹਿੰਦੂ ਕਮਿਊਨਿਟੀ, ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਕਿ ਲੋਕ ਮੋਦੀ ਸਾਹਿਬ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਕਿ ਅੱਜ ਸਾਰੀ ਹਿੰਦੂ ਕਮਿਊਨਿਟੀ ਸਾਡੇ ਨਾਲ ਜੁੜੀ ਹੋਈ ਹੈ। ਅੱਜ ਮੈਂ ਹੁਣ ਪਟਿਆਲੇ ਤੋਂ ਆਇਆ, ਮੇਰਾ ਖਿਆਲ ਹੈ ਵੀ ਉੱਥੇ ਕਿੱਡਾ ਕੁ ਬੜਾ ਇਕੱਠ ਸੀ, ਆਹ ਸਾਡੇ ਨਾਲ ਚੰਦਨ ਜੀ ਮੇਰੇ ਨਾਲ ਨੇ, ਮੇਰਾ ਖਿਆਲ ਰਿਕਾਰਡ ਤੋੜ ਸੀ, ਜਿਹੜੇ ਜ਼ਿੰਦਗੀ 'ਚ ਮੈਂ ਬੰਦੇ ਨੂੰ ਦੇਖੇ ਉਹ ਬੰਦੇ ਵੀ ਅੱਜ ਆ ਕੇ ਸਾਡੀਆਂ ਮੀਟਿੰਗਾਂ ਅਟੈਂਡ ਕਰਦੇ। ਇੱਕ ਚੀਜ਼ ਦੱਸੋ, ਜਿਹੜੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਪੂਰੀ ਕੀਤੀ ਹੋਵੇ, ਉਹਨਾਂ ਨੇ ਕਿਹਾ ਘਰ ਘਰ ਨੌਕਰੀ ਦੇ ਦੂੰ, ਇੱਕ ਨੌਕਰੀ ਦੱਸ ਦਿਓ ਲੱਗੀ ਹੋਵੇ, ਉਹਨਾਂ ਨੇ ਕਿਹਾ ਸਾਰਾ ਕਰਜ਼ਾ ਮਾਫ ਕਰ ਦੂੰ, ਕਰਜ਼ੇ ਆਈ ਗੱਲ ਤੁਸੀਂ ਦੇਖ ਲਓ, ਕਹਿੰਦੇ 2500 ਰੁਪਇਆ ਪੈਨਸ਼ਨ ਦੇ ਦੂੰ, ਉਹ ਵੀ ਦੇਖ ਲਓ, ਜਿਹੜੇ ਟੀਚਰਾਂ ਦੀ ਤਨਖਾਹ 50,000 ਸੀ ਉਹਨਾਂ ਦੀ 15,000 ਤਨਖਾਹ ਕਰਤੀ। ਸੀਵਰੇਜ ਤਾਂ ਗੱਲ ਬਹੁਤ ਵੱਡੀ ਹੈ, ਉੱਧਰ ਤਾਂ CM ਸਾਹਿਬ ਜਾਂਦੀ ਨਹੀਂ ਕਿ ਕੋਈ ਕੰਮ ਵੀ ਕਰਨਾ ਹੈ, ਡਿਵੈਲਪਮੈਂਟ ਕਰਨੀ ਹੈ ਜਾਂ ਕੁਛ ਹੋਰ ਕਰਨਾ, ਇੱਕ ਕੰਮ ਦੱਸ ਦਿਓ ਕਿਤੇ ਹੋਇਆ ਹੋਵੇ 2 ਸਾਲ ਦੇ ਵਿੱਚ, ਇੱਕ ਕੋਈ ਕੰਮ ਹੋਇਆ ਹੋਵੇ। 900 ਕਰੋੜ ਰੁਪਇਆ ਵਰਲਡ ਬੈਂਕ ਦਾ ਵਾਟਰ ਐਂਡ ਸੈਨੀਟੇਸ਼ਨ 'ਚ ਪਿਆ ਸੀ, ਹਾਲੇ ਉੱਥੇ 1 ਪੈਸਾ ਵੀ ਨਹੀਂ ਲੱਗਿਆ। ਸੋ ਇਹ ਤਾਂ ਆਰਾਮ ਪ੍ਰਸਤ ਸਰਕਾਰ ਹੈ, ਜੇ ਲੋਕਾਂ 'ਚ ਜਾਓਗੇ, ਲੋਕਾਂ 'ਚ ਵਿਚਰੋਗੇ ਤਾਂ ਲੋਕਾਂ ਦੀਆਂ ਪ੍ਰੋਬਲਮਾਂ ਦਾ ਪਤਾ ਲੱਗਦਾ, ਜੇ ਲੋਕਾਂ 'ਚ ਜਾਣਾ ਨਹੀਂ ਹੈ ਲੋਕਾਂ ਦੀਆਂ ਪ੍ਰੋਬਲਮਾਂ ਦਾ ਕਿਵੇਂ ਪਤਾ ਲੱਗੂਗਾ? ਸੋ ਇਹ ਲੋਕਾਂ ਦੇ ਵਿੱਚ ਨਹੀਂ ਜਾਂਦੇ ਹਨ। ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਇਕੱਲੇ ਇਕੱਲੇ ਬੰਦੇ ਨੂੰ ਪੁੱਛਦੇ ਸੀ ਕੀ ਲੋੜ ਹੈ ਕੀ